ਇਹ ਦੋਨੇ ਬੱਚੇ ਆ ਉਹ ਮੋਰ ਨਹੀਂ ਆ ਵੱਡੀ, ਇਹ ਉਹਦੇ ਬੱਚੇ ਆ ਦੋਨੇ। ਆਹ ਮੰਨ ਲਓ ਵੀ ਮੋਰ ਆ, ਮੋਰ ਬਣੂਗਾ ਉੱਡਦੇ ਉੱਡਦੇ ਆ ਆਸੇ ਪਾਸੇ ਘਰਾਂ 'ਚ ਜਾ ਵੜਦੇ ਆ ਕੋਠਿਆਂ ਕੋਠਿਆਂ 'ਤੇ, ਆਪੇ ਮੁੜੇ ਆਈਦੇ ਆ। ਇਹਦਾ ਨਾਂ ਚੀਕੂ ਰੱਖਿਆ ਵਾ, ਨਾਮ ਵੀ ਰੱਖਦੇ। ਹਾਂ ਉਹ ਵੱਡੇ ਮੋਰ ਦਾ ਨਾਂ ਬਾਜ ਆ। ਇਹ ਮੋਟਰਸਾਈਕਲ ਦੇ ਟਾਇਰ ਦਾ ਬਣਾਇਆ ਵਾ। ਕਿੰਨਾ ਸਮਾਂ ਲੱਗ ਗਿਆ ਬਣਾਉਣ ਨੂੰ? ਇਹਨੂੰ ਬਣਾਉਣ ਨੂੰ ਲੱਗ ਗਏ ਹੋਣਗੇ 20-25 ਦਿਨ। ਇਹ ਟਾਇਰਾਂ ਵਾਲਾ ਆਈਡੀਆ ਮੈਂ ਦੇਖਿਆ ਸੀ ਯੂਟਿਊਬ 'ਤੇ, ਉਹ ਜਾਣੀ ਹੋਰ ਟਾਇਪ ਨਾਲ ਬਣਾਉਂਦੇ ਸੀ। ਉੱਥੋਂ ਮੈਨੂੰ ਆਈਡੀਆ ਆ ਗਿਆ ਵੀ ਟਾਇਰ ਦੀ ਕੁਰਸੀ ਬਣਾਈ, ਇਹ ਮੈਂ ਆਪਦੇ ਦਿਮਾਗ ਨਾਲ ਬਣਾਈ। ਝੋਪੜੀ ਬਾਂਸ ਦੀ ਬਣਾਈ ਹੈ ਜੀ। ਆਹ ਜਿਹੜੇ ਇਹਦੀਆਂ 'ਤੇ ਲਾਈਟਾਂ ਲਾਈਆਂ, ਇਹ ਔਨਲਾਈਨ ਮੰਗਾਈਆਂ ਸੀਗੀਆਂ। ਇਹ ਤੋਤਾ ਜੀ, ਅਤੇ ਆਹ ਜਿਹੜਾ ਜਾਨਵਰ ਆ ਲੱਕੜਾਂ ਦੇ ਵਿੱਚ, ਮੰਨ ਲਓ ਦਰਖਤਾਂ ਦੇ ਵਿੱਚ ਗਲੀਆਂ ਕੱਢ ਕੇ ਰਹਿੰਦਾ, ਇਹਨੂੰ ਚੋਰ ਚਪਾਹੀ ਵੀ ਕਹਿੰਦੇ ਹੁੰਦੇ ਸੀ ਅਤੇ ਲੱਕੜ ਹਰਾ ਵੀ ਕਹਿੰਦੇ ਸੀ। ਲੋਕ ਦੇਖਣ ਆਉਂਦੇ ਨੇ ਦੂਰੋਂ ਦੂਰੋਂ ਜੀ ਰਸਤੇ? ਹੋਰ ਬਹੁਤ ਦੇਖਣ ਆਉਂਦੇ ਆ, ਮੰਗਦੇ ਵੀ ਬਥੇਰੇ ਆ ਸਾਨੂੰ ਦੇ ਦਿਓ। ਹਾਂ, ਅਤੇ ਖੁੰਡ ਵੱਢ ਕੇ ਫਿਰ ਮੈਂ ਆਪ ਹੀ ਇਹਦੇ ਉੱਤੇ ਜਿਹੜੀ ਗੱਦੀ ਫਿੱਟ ਕਰੀ ਆਪ ਹੀ ਕਰੀ ਹੈ ਵੀ। ਰਹਿੰਦੀਆਂ ਇਹ ਬੋਤਲ ਦੇ ਵਿੱਚ, ਥੱਲੇ ਟਰੇ ਲਾਈ ਵੀ ਆ, ਉਹਦੇ ਵਿੱਚ ਦਾਣੇ ਤਾਹਾਂ ਤੋਂ ਨਿਕਲ ਹੀ ਜਾਂਦੇ ਆ, ਇਹ ਖਾਈ ਜਾਂਦੀਆਂ, ਖਾ ਕੇ ਇੱਥੇ ਬੈਠੀਆਂ ਰਹਿੰਦੀਆਂ, ਬਸ ਇੱਥੇ ਫਿਰਦੀਆਂ ਰਹਿੰਦੀਆਂ, ਰਾਤ ਨੂੰ ਇੱਥੇ ਹੀ ਬੈਠ ਜਾਂਦੀਆਂ, ਇੱਥੇ ਪਾਣੀ ਪੂਣੀ ਪੀ ਲੈਂਦੀਆਂ, ਉਹ ਫਿਰਦੀਆਂ ਜਿਵੇਂ ਇੱਧਰ। ਤੁਹਾਨੂੰ ਅੱਜ ਇੱਕ ਅਜਿਹੇ ਪੰਜਾਬੀ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਕਈ ਤਰੀਕੇ ਦੇ ਸ਼ੌਂਕ ਨੇ, ਅਤੇ ਮੋਰ ਵੀ ਇਹਨਾਂ ਨੇ ਰੱਖੇ ਹੋਏ ਨੇ, ਹੋਰ ਕਈ ਤਰ੍ਹਾਂ ਦੇ ਪੰਛੀ ਨੇ। ਬਾਕੀ ਟਾਇਰਾਂ ਤੋਂ ਜੋ ਟਾਇਰ ਹੁੰਦੇ ਨੇ ਵਹੀਕਲਾਂ ਦੇ, ਉਸ ਤੋਂ ਕਈ ਤਰੀਕੇ ਦੀਆਂ ਚੀਜ਼ਾਂ ਬਣਾਈਆਂ ਨੇ। ਉਹ ਸ਼ੌਂਕ ਕਿਵੇਂ ਪਿਆ, ਕਿਵੇਂ ਉਸ ਤਰੀਕੇ ਨੂੰ ਇਹ ਆਪਣੀ ਕਲਾ ਦੇ ਵਿੱਚ ਪਰੋ ਦਿੰਦੇ ਨੇ, ਜੇਕਰ ਕੋਈ ਵੀ ਚੀਜ਼ ਦੇਖਦੇ ਨੇ, ਗੱਲਬਾਤ ਕਰਾਂਗੇ। ਸਾਡੇ ਨਾਲ ਜਗਸੀਰ ਸਿੰਘ ਨੇ, ਅਸੀਂ ਉਹਨਾਂ ਦੇ ਪਿੰਡ ਦੇ ਵਿੱਚ ਆਏ ਹਾਂ, ਬਠਿੰਡਾ ਦੇ ਵਿੱਚ ਇਹਨਾਂ ਦਾ ਇਹ ਪਿੰਡ ਪੈਂਦਾ, ਗੱਲਬਾਤ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ ਜਨਸ। ਧੰਨਵਾਦ ਜੀ। ਕਿਹੜਾ ਪਿੰਡ ਹੈ ਜੀ, ਪਹਿਲਾਂ ਪਿੰਡ ਦੱਸੋ ਆਪਣਾ। ਪਿੰਡ ਫੂਲੇ ਵਾਲਾ ਜੀ, ਨਾਮ ਮੇਰਾ ਜਗਸੀਰ ਸਿੰਘ ਆ, ਊਂ ਮੈਨੂੰ ਡਾਕਟਰੀ ਕਹਿ ਦਿੰਦੇ ਆ ਲੋਕ। ਡਾਕਟਰ ਕਿਉਂ ਕਹਿੰਦੇ ਨੇ? ਮੈਂ ਡਾਕਟਰੀ ਦਾ ਕੰਮ ਕਰਦਾ ਸੀ ਤਾਂ ਕਹਿੰਦੇ ਆ। ਕਿੰਨੇ ਸਾਲ ਕੀਤੀ ਡਾਕਟਰੀ? ਮੈਂ 24 ਸਾਲ ਕਰੀ ਆ ਡਾਕਟਰੀ। 24 ਸਾਲ ਡਾਕਟਰੀ? ਹੁਣ ਕਿਉਂ ਫਿਰ ਇਹ? ਹੁਣ ਮੈਂ ਕਨੇਡਾ ਗਿਆ ਸੀ, ਫਿਰ ਉਦੋਂ ਛੱਡਤਾ ਸੀ ਕੰਮ। ਕਿੰਨੇ ਸਾਲ ਕਨੇਡਾ ਰਹਿ ਕੇ? ਮੈਂ ਕਨੇਡਾ ਤਾਂ 3 ਕੁ ਮਹੀਨੇ ਹੀ ਲਾ ਕੇ ਆਇਆ। ਕਿ ਉੱਥੇ ਨਹੀਂ, ਉੱਥੇ ਉਈ ਗਏ ਸੀਗੇ ਟੂਰਿਸਟ ਵੀਜ਼ੇ 'ਤੇ। ਹਾਂ, 10 ਸਾਲਾਂ ਦਾ ਵੀਜ਼ਾ ਲੱਗਿਆ ਵਾ ਸਾਡਾ, ਮੇਰੀ ਬੇਟੀ ਆ ਉੱਥੇ, ਉਹਦੇ ਕੋਲ ਗਏ ਸੀਗੇ। ਹਾਂ, ਬਸ ਉੱਥੋਂ ਘੁੰਮ ਕੇ ਮੁੜਿਆ, ਫਿਰ ਇੱਥੇ ਵੀ ਕੰਮ ਧੰਦਾ ਚੱਲਦਾ, ਫਿਰ ਉੱਥੇ ਰਹਿ ਕੇ ਫਿਰ ਪਿੱਛੇ ਔਖਾ ਸੀਗਾ। ਠੀਕ ਹੈ। ਅਸੀਂ ਜਿਹੜੀਆਂ ਤੁਸੀਂ ਚੀਜ਼ਾਂ ਬਣਾਈਆਂ ਨੇ ਵੱਖ ਵੱਖ ਚੀਜ਼ਾਂ ਦੇ ਨਾਲ, ਜਿਹੜੀ ਇਹ ਚੀਜ਼ ਹੈ ਕਿ ਇਹ ਕੀ ਚੀਜ਼ ਹੈ? ਇਹ ਤੋਤਾ ਹੈ? ਇਹ ਤੋਤਾ ਜੀ, ਇਹ ਮਕਾਓ ਤੋਤਾ। ਇਹ ਮੋਟਰਸਾਈਕਲ ਦੇ ਟਾਇਰ ਦਾ ਬਣਾਇਆ ਵਾ। ਕਿੰਨਾ ਸਮਾਂ ਲੱਗ ਗਿਆ ਜੀ ਇਹਨੂੰ ਬਣਾਉਣ ਨੂੰ? ਫਿਰ ਇਹਨੂੰ ਬਣਾਉਣ ਨੂੰ ਲੱਗ ਗਏ ਹੋਣਗੇ 20-25 ਦਿਨ। ਬਾਕੀ ਆਇਆ ਨਾ, ਮੈਂ ਲਗਾਤਾਰ ਨਹੀਂ ਨਾ ਬਣਾਉਂਦਾ, ਜਦੋਂ ਮੈਨੂੰ ਟਾਈਮ ਮਿਲਦਾ ਮੈਂ ਉਦੋਂ ਹੀ ਬਣਾਉਣਾ। ਹਾਂ, ਮੇਰਾ ਸਮਾਂ ਵਿਹਲਾ ਫਿਰ ਲੱਗ ਜਾਂਦਾ, ਉਦੋਂ ਬਣਾਉਣਾ। ਜੇ ਮੰਨ ਲਓ ਹੁਣ ਇਹਨੂੰ ਲਗਾਤਾਰ ਬਣਾਉਣਾ ਹੋਵੇ ਤਾਂ 1 ਦਿਨ ਦੇ ਵਿੱਚ ਬਣ ਜਾਊਗਾ। ਪੇਂਟ ਕਰਨ 'ਤੇ ਥੋੜ੍ਹਾ ਟਾਈਮ ਲੱਗਦਾ, ਕਿਉਂਕਿ ਪੇਂਟ ਸੁੱਕਦਾ ਨਹੀਂ, ਜਦੋਂ ਆਪਾਂ ਪ੍ਰਾਈਮਰ ਮਾਰਤਾ ਅਤੇ ਫਿਰ ਆ ਦੂਜਾ ਪੇਂਟ ਕਰਾਂਗੇ ਸੁੱਕਦਾ। ਇਹ ਲੱਕੜ ਤਾਂ ਆਮ ਹੀ ਆਈ, ਜਿਵੇਂ ਆਪਣੇ ਘਰ ਲੱਕੜਾਂ ਪਈਆਂ ਹੁੰਦੀਆਂ ਵਾਧੂ, ਉਹ ਜਿਹੀਆਂ ਚੱਕ ਕੇ ਲਾ ਦੀਆਂ। ਮੈਂ ਜਿਹੜਾ ਕਲਾ ਦਾ ਕੀੜਾ ਸੀ, ਇਹ ਜਨੂਨ ਸੀ, ਕਦੋਂ ਪੈਦਾ ਹੋ ਗਿਆ ਸੀ, ਕਿੰਨੇ ਸਾਲ ਦੀ? ਸਕੂਲ ਟਾਈਮ ਤੋਂ ਹੀ ਸੀਗਾ ਜੀ। ਸਕੂਲ ਟਾਈਮ ਤੋਂ? ਹਾਂਜੀ ਹਾਂਜੀ। ਉਸ ਤੋਂ ਸਮੇਂ ਦੀ ਬਣਾਉਣ ਲੱਗ ਗਿਆ? ਬਸ ਉਦੋਂ ਤੋਂ ਕੰਮ ਚੱਲਦਾ ਆਇਆ, ਕਿਤੇ ਬਣਾ ਲਿਆ, ਕਿਤੇ ਹਟ ਗਏ, ਕਿਤੇ ਪੇਂਟ ਕਰ ਲਈ, ਅਤੇ ਬਸ ਐਂ ਕੰਮ ਚੱਲਦਾ ਆਇਆ। ਲੋਕਡਾਊਨ ਦੇ ਵਿੱਚ ਆ ਕੇ ਥੋੜ੍ਹਾ ਜਿਹਾ ਸਾਰੇ ਪਾਸੋਂ ਵਿਹਲੇ ਹੋ ਗਏ ਸੀ,
ਉਦੋਂ ਫਿਰ ਥੋੜ੍ਹਾ ਜਿਹਾ ਲੋਕਡਾਊਨ 'ਚ ਤਾਂ ਸਾਰਾ ਹੀ ਇਹੀ ਕੰਮ ਕਰਦੇ ਨੇ, ਉਦੋਂ ਬਾਹਰ ਤਾਂ ਕਿਤੇ ਗਏ ਨੇ, ਉਦੋਂ ਸਵੇਰੇ ਲਾਉਂਦੇ ਸੀ ਸ਼ਾਮ 'ਤੇ ਕਈ ਮਾਪਿਆਂ ਨੇ ਜਿਹੜਾ ਜਦੋਂ ਬਚਪਨ ਸੀ ਫਿਰ ਰੋਕਿਆ ਨਹੀਂ ਵੀ ਕਿਡ ਜਾਂ ਪੜ੍ਹ ਲਾ ਕਿੰਨੀ ਸਟੱਡੀ ਕਿ ਨਹੀਂ ਕੀਤੀ? ਮੈਂ 10 ਹੀ ਪੜ੍ਹਿਆ ਜੀ, 10 ਹੀ ਪੜ੍ਹਿਆ, ਇਧਰਲੇ ਪਾਸੇ ਧਿਆਨ ਜ਼ਿਆਦਾ ਸੀ? ਹਾਂ ਬਸ ਇੱਧਰ ਵੀ ਧਿਆਨ ਜ਼ਿਆਦਾ ਸੀ, ਬਾਕੀ ਉੱਧਰ ਡਾਕਟਰੀ ਦਾ ਕੰਮ ਸਿੱਖਣ ਲੱਗ ਕੇ 6 ਸਾਲ ਮੈਂ ਡਾਕਟਰੀ ਦਾ ਕੰਮ ਸਿੱਖਣ 'ਤੇ ਲਾਇਆ। ਓਕੇ ਹਾਂਜੀ, ਫਿਰ ਮੈਂ 2 ਸਾਲ ਵੈਟਰਨਰੀ ਦਾ ਵੀ ਕੰਮ ਕਰਿਆ, AI ਦਾ ਕੋਰਸ ਕਰਕੇ ਆਇਆ ਸੀ ਮੈਂ ਡੇਅਰੀ ਕਰਕੇ, ਅਤੇ ਫਿਰ ਉਦੋਂ ਬਾਅਦ ਉਹ ਤਾਂ ਕੰਮ ਸਾਰੇ ਹੀ ਛੱਡਤੇ। ਅਤੇ ਹੁਣ ਕਦੇ ਇਸ ਤਰ੍ਹਾਂ ਨਹੀਂ ਹੋਇਆ ਵੀ ਇਹੀ ਕਿੱਤੇ ਦੇ ਵਿੱਚ ਆ ਜਾਈਏ? ਕਲਾ ਵੀ ਬਹੁਤ ਵਧੀਆ ਚੀਜ਼ ਆ, ਇਹ ਤੋਂ ਤੁਹਾਡਾ ਰੁਜ਼ਗਾਰ ਵੀ ਚੱਲ ਸਕਦਾ ਅਤੇ ਤੁਹਾਡੀ ਕਲਾ ਹੋਰ ਵੀ ਦੁਨੀਆ ਤੱਕ ਪ੍ਰਮੋਟ ਹੋ ਸਕਦੀ ਆ, ਹੋਰ ਵੀ ਤੁਹਾਡੇ ਲੋਕ ਦੇਖਣਗੇ। ਨਹੀਂ ਉਹ ਤਾਂ ਕਦੇ ਸੋਚਿਆ ਤਾਂ ਹੈ ਨਹੀਂ ਜੀ, ਮੈਂ ਤਾਂ ਬਸ ਸ਼ੌਂਕ ਵਜੋਂ ਹੀ ਬਣਾਉਣਾ। ਊਂ ਮੈਨੂੰ ਕਿਹਾ ਬਹੁਤ ਯਾਰ ਦੋਸਤਾਂ ਨੇ ਵੀ ਯਾਰ ਤੂੰ ਇਹਨੂੰ ਮੰਨ ਲਓ ਵੱਡੀ ਪੱਧਰ 'ਤੇ ਕਰ ਵੀ ਤੈਨੂੰ ਪੈਸੇ ਵੀ ਬਣਨਗੇ, ਪਰ ਮੈਂ ਉਹ ਕਦੇ ਸੋਚਿਆ ਨਹੀਂ, ਮੈਂ ਸ਼ੌਂਕ ਵਜੋਂ ਹੀ ਬਣਾਉਣਾ। ਐਗਜੀਬਿਸ਼ਨਾਂ 'ਤੇ ਲੈ ਕੇ ਗਏ ਆਪਣੇ ਜਿਹੜੇ? ਨਹੀਂ ਮੈਂ ਅਜੇ ਤੱਕ ਕਿਤੇ ਨਹੀਂ ਗਿਆ, ਹੁਣ 2 ਤਰੀਕ ਨੂੰ ਇੱਥੇ ਲੁਧਿਆਣੇ ਉਹਦੇ ਆਪ ਮੇਰਾ ਦੇਖ ਕੇ ਆਉਣ ਦਾ ਇਰਾਦਾ, ਉਦੋਂ ਬਾਅਦ ਦੇਖਾਂਗੇ ਕਿਤੇ ਫੇਰ ਹੋਇਆ ਤਾਂ ਉਦੋਂ ਲੈ ਕੇ ਜਾਵਾਂਗੇ। ਕਿੰਨੇ ਮੋਰ ਤੁਹਾਡੇ ਕੋਲ ਹੁਣ ਇਸ ਸਮੇਂ? ਮੇਰੇ ਕੋਲ ਮੋਰ 6 ਹੈ ਜੀ, 4 ਵੱਡੇ ਆ, 2 ਬੱਚੇ ਆ, 2 ਬੱਚੇ। ਹਾਂਜੀ, ਇਸ ਤੋਂ ਇਲਾਵਾ ਇਹ ਵੀ ਪੈਰਟ ਬਣਾਇਆ, ਇਹ ਵੀ ਇਹ ਵੀ ਟਾਇਰ ਦਾ ਜੀ, ਮੋਟਰਸਾਈਕਲ ਦੇ ਟਾਇਰ ਦਾ। ਕੋਈ ਤਕਨੀਕ ਦੇਖਦੇ ਹੋ ਕਿਤੋਂ ਜਾਂ ਫਿਰ ਆਪੀ ਦਿਮਾਗ ਦੇ ਵਿੱਚ? ਪੈਸੀ ਦਿਮਾਗ ਦੇ, ਇਹ ਜਦੋਂ ਬੰਦਾ ਇਹ ਕੰਮ ਕਰਦਾ ਨਾ ਜੀ, ਉਹ ਜਦੋਂ ਪਿਆ ਗਿਆ 10 ਮਿੰਟ ਵਿਹਲਾ ਤਾਂ ਉਦੋਂ ਦਿਮਾਗ 'ਚ ਇਹੀ ਕੁਛ ਆਈ ਜਾਂਦਾ ਵੀ ਕੀ ਬਣਾਈਏ, ਕਿਵੇਂ ਬਣਾਈਏ, ਬਸ ਉਹ ਬੰਦਾ ਸੋਚੀ ਜਾਂਦਾ, ਫਿਰ ਉਹ ਆਟੋਮੈਟਿਕ ਹੀ ਉਹੀ ਮੂਹਰੇ ਚੀਜ਼ਾਂ ਆਈ ਜਾਂਦੀਆਂ ਅੱਖਾਂ ਦੇ ਵੀ ਆਹ। ਜਿਹੜਾ ਉੱਲੂ ਹੈ ਇਹ ਕਿਹੜੀ ਲੱਕੜ ਦਾ ਬਣਾਇਆ ਫਿਰ? ਇਹ ਉੱਲੂ ਟਾਇਰ ਦਾ ਹੀ ਹੈ ਜੀ, ਮੋਟਰਸਾਈਕਲ ਦਾ, ਆਹ ਥੱਲੇ ਲੱਕੜ ਦੇ ਉੱਤੇ ਜੜਿਆ ਵਾ। ਇਹ ਝੋਪੜੀ? ਝੋਪੜੀ ਬਾਂਸ ਦੀ ਬਣਾਈ ਹੈ ਜੀ, ਆਹ ਜਿਹੜੇ ਇਹਦੀਆਂ 'ਤੇ ਲਾਈਟਾਂ ਲਾਈਆਂ ਇਹ ਔਨਲਾਈਨ ਮੰਗਾਈਆਂ ਸੀਗੀਆਂ। ਕਿਹੜੀ ਝੋਪੜੀ ਦਾ ਡਿਜ਼ਾਇਨ ਹੈ, ਕਿੱਥੋਂ ਲਿਆ ਫਿਰ ਇਹ? ਇਹ ਡਿਜ਼ਾਇਨ ਕਿਤੋਂ ਨਹੀਂ ਲਿਆ, ਬਸ ਇਹ ਦਿਮਾਗ ਦੇ ਵਿੱਚ ਹੀ ਡਿਜ਼ਾਇਨ ਆ ਗਿਆ। ਮੈਂ ਨਾ 2008 ਦੇ ਵਿੱਚ ਝੋਪੜੀ ਡੈਰੀ ਵਾਲੇ ਘਰ ਬਣਾਈ ਸੀ ਊਂ ਬੈਠਣ ਵਾਸਤੇ, ਉਹ ਇਸ ਤਰ੍ਹਾਂ ਬਣਾਈ ਸੀਗੀ, ਅਸੀਂ ਵੱਡੀ ਝੋਪੜੀ ਬਣਾਈ ਸੀ, ਮੰਨ ਲਓ 10x10 ਦੀ ਸੁਪਨੇ ਵਾਲੀ ਝੋਪੜੀ। ਹਾਂ ਉਹਦਾ ਡਿਜ਼ਾਇਨ, ਉਹ ਤਾਂ ਉੱਥੇ ਸਾਡਾ ਉਹ ਥਾਂ ਨੀਵਾਂ ਹੋ ਗਿਆ ਅਤੇ ਉਹ ਢਹਿ ਗਈ, ਮੰਨ ਲਓ ਢਾਹਤੀ ਅਸੀਂ, ਉਹ 7-8 ਸਾਲ ਰਹੀ ਆ। ਇਹ ਕਿੰਨੇ ਕੁ ਸਮਾਂ ਲੱਗ ਗਿਆ ਸੀ ਇਹਨੂੰ ਬਣਾਉਣ? ਇਹਨੂੰ ਬਣਾਉਣ ਨੂੰ ਲੱਗ ਗਏ ਹੋਣਗੇ 10-15 ਦਿਨ। 15 ਦਿਨ 'ਚ ਤਿਆਰ ਕਰਤੀ ਸੀ? ਹਾਂ। ਇਸ ਤੋਂ ਇਲਾਵਾ ਇਹ ਵੀ ਆਪ ਤਿਆਰ ਕੀਤਾ? ਹਾਂ ਇਹ ਵੀ ਆਪ ਤਿਆਰ ਕਰਿਆ। ਇਹ ਘਰ ਵੀ ਆ ਜੀ, ਝਰਨਾ ਵੀ ਆ, ਇਹਦੇ ਵਿੱਚ ਪਾਣੀ ਆਉਂਦਾ ਸੀ ਉੱਥੋਂ ਦੀ, ਅਤੇ ਬਾਕੀ ਇਹਦੇ ਵਿੱਚ ਬਾਬੇ ਨਾਨਕ ਦੀ ਫੋਟੋ ਲਾਤੀ, ਇੱਕ ਗੁਰਦੁਆਰਾ ਟਾਈਪ ਵੀ ਮੰਨ ਲਓ, ਅਤੇ ਜਾਂ ਝਰਨਾ ਮੰਨ ਲਓ। ਇਹ ਜਿਹੜੀ AC ਦੇ ਨਾਲ ਨਹੀਂ ਇੱਕ ਉਹ ਥਰਮਾਕੂਲ ਜੀ ਆਉਂਦੀ, ਉਹ ਸੀਗੀ, ਉਹਦੇ ਤੋਂ ਬਣਾਇਆ ਇਹ। ਇਹ ਜਿਹੜੀ AC ਦੇ ਵਿੱਚ ਹੁੰਦੀ ਹੈ ਥਰਮਾਕੂਲ, ਆਪਾਂ ਕੋਈ ਵੀ ਚੀਜ਼ ਲੈ ਕੇ ਆਉਂਦੇ ਉਹਦੇ ਪਾਸੇ ਹੁੰਦੀ ਆ ਚਿੱਟੀ ਜੀ, ਉਹ ਥਰਮਾਕੂਲ ਜੀ, ਉਹਦਾ ਬਣਾਇਆ ਵਾ। ਇਹਦੇ ਵਿੱਚ ਲਾਈਟਾਂ ਵੀ ਲੱਗੀਆਂ। ਕਿੰਨੇ ਦਿਨ 'ਚ ਤਿਆਰ ਕੀਤੀ ਫਿਰ? ਇਹਨੂੰ ਲੱਗ ਗਿਆ ਸੀਗਾ ਜੀ ਮਹੀਨਾ, ਇੱਕ ਮਹੀਨੇ 'ਚ? ਹਾਂ ਥੋੜ੍ਹਾ ਥੋੜ੍ਹਾ ਮੰਨ ਲਓ ਕਿਤੇ ਲੱਗ ਗਏ ਕਿਤੇ ਨਾ। ਕੁਰਸੀਆਂ ਫਿਰ ਟਾਇਰਾਂ ਦੀਆਂ ਨੇ ਸਾਰੀਆਂ ਲੱਕੜ ਨਾਲ? ਇਹ ਟਾਇਰਾਂ ਦੀਆਂ ਜੀ ਕੁਰਸੀਆਂ। ਇਹ ਆਈਡੀਆ ਤੁਹਾਡਾ ਟਾਇਰਾਂ ਵਾਲਾ ਆਈਡੀਆ ਕਿੱਥੋਂ ਆਇਆ, ਕਿੱਥੋਂ ਚੱਕਿਆ ਫਿਰ ਆਈਡੀਆ, ਕਿੱਥੋਂ ਸਿੱਖਿਆ ਜੀ? ਇਹ ਟਾਇਰਾਂ ਵਾਲਾ ਆਈਡੀਆ ਮੈਂ ਦੇਖਿਆ ਸੀ ਯੂਟਿਊਬ 'ਤੇ, ਉਹ ਜਾਣੀ ਹੋਰ ਟਾਇਰ ਬਣਾ ਬਣਾਉਂਦੇ ਸੀ, ਉੱਥੋਂ ਮੈਨੂੰ ਆਈਡੀਆ ਆ ਗਿਆ ਵੀ ਟਾਇਰ ਦੀ ਕੁਰਸੀ ਬਣਾਈਏ, ਮੈਂ ਆਪਦੇ ਦਿਮਾਗ ਨਾਲ ਬਣਾਈ। ਹੁਣ ਜਿਹੜੀ ਟਾਇਰ ਕੋਈ ਖਾਲੀ ਮਿਲ ਜੇ ਸਾਨੂੰ ਖਰਾਬ ਛੱਡਦੇ ਨਹੀਂ? ਹਾਂ ਛੱਡਦੇ, ਹਾਂ ਉਹਨੂੰ ਬਸ ਕੁਛ ਨਾ ਕੁਛ ਕਰ। ਸਾਹਮਣੇ ਲਾਇਆ ਹੋਇਆ ਇਹ ਵੀ ਤੁਸੀਂ ਆਪ ਤਿਆਰ ਕੀਤਾ? ਹਾਂ ਇਹ ਵੀ ਆਪ ਤਿਆਰ ਕਰਿਆ ਜੀ। ਇਹ ਮੈਂ ਤਿਆਰ ਕਰਿਆ ਵੀ ਉਹ ਜਿਹੜਾ ਉੱਤੇ ਇਹਦੇ ਲਾਈਟ ਲੱਗੀ ਆ, ਉਹ ਤਾਂ ਪੁਰਾਣੇ ਲੈਂਪ ਹੁੰਦੇ ਸੀ ਜਿਹੜੇ, ਉਹਦਾ ਥੱਲਾ ਗਾ ਜਿਹੜੇ 'ਚ ਮਿੱਟੀ ਦਾ ਤੇਲ ਪਾਉਂਦੇ ਹੁੰਦੇ ਸੀ, ਅਤੇ ਜਿਹੜਾ ਥੱਲੜੀ ਆ ਉਹ ਲੱਕੜ ਆ। ਇਹ ਮੈਂ ਤਾਂ ਤਿਆਰ ਕਰਿਆ, ਮੈਂ ਕਿਹਾ ਵੀ ਇਹ ਅੱਜ ਕੱਲ੍ਹ ਇਹ ਜਿਹੜਾ ਜਾਨਵਰ ਹੈ ਲੋਪ ਹੋ ਗਿਆ, ਜਵਾਕਾਂ ਨੂੰ ਕੋਈ ਪਤਾ ਨਹੀਂ ਵੀ ਇਹ ਕੀ ਆ, ਇਹਨੂੰ ਚੋਰ ਚਪਾਹੀ ਵੀ ਕਹਿੰਦੇ ਹੁੰਦੇ ਸੀ,
ਅਤੇ ਲੱਕੜਹਾਰਾ ਵੀ ਕਹਿੰਦੇ ਸੀ ਚੋਰ ਚਪਾਹੀ ਇਹਨੂੰ ਤਾਂ ਕਹਿੰਦੇ ਸੀ ਇਹ ਨਾ ਜਦੋਂ ਆਪਾਂ ਮੰਨ ਲਓ ਇਹਦੇ ਇਹਨੂੰ ਦੇਖਦੇ ਦਰਖਤ ਦੇ ਨੇੜੇ ਜਾ ਵੜਦੇ ਇਹ ਦਰਖਤ ਦੇ ਦੂਜੇ ਪਾਸੇ ਘੁੰਮੀ ਜਾਂਦਾ ਹੁੰਦਾ ਸੀ ਅਤੇ ਚਪਾਹੀ ਇਹਨੂੰ ਤਾਂ ਕਹਿੰਦੇ ਸੀ ਇਹਦੇ ਸਿਰ 'ਤੇ ਲਾਲ ਜੀ ਬੋਦੀ ਜੀ ਹੁੰਦੀ ਸੀ ਅੱਗੇ ਚਪਾਹੀਆਂ ਦੇ ਸਿਰ 'ਤੇ ਨਹੀਂ ਉਹ ਵਿਚਾਲੇ ਬੋਦੀ ਜੀ ਹੁੰਦੀ ਸੀ ਬਿਲਕੁਲ ਉਹ ਟਾਈਪ ਦਾ ਇਹ ਜਾਨਵਰ ਆ ਪੁਰਾਣੇ ਤੌਲੀਏ ਦਾ ਸੀਮੈਂਟ ਚ ਲਪੇਟ ਕੇ ਕੋਹ ਖੂੰਜੇ ਚ ਪਿਆ ਇਹ ਵੀ ਤੌਲੀਏ ਦਾ ਬਣਾਇਆ ਇਹ ਸਾਰਾ ਜਾਣੀ ਕਿ ਜੇ ਤੁਹਾਨੂੰ ਲੱਗਦਾ ਵੀ ਚੀਜ਼ ਇਹ ਵੇਸਟੇਜ ਹੈ ਉਹਨੂੰ ਵੀ ਤੁਸੀਂ ਵਰਤਦੇ ਹੋ ਉਹਨੂੰ ਦੇਖਦਾ ਵੀ ਇਹ ਚੀਜ਼ ਪਈ ਆ ਤਾਂ ਇਹ ਕਿਸੇ ਕੰਮ ਆਊਗੀ ਫਿਰ ਉਹ ਸੋਚ ਕੇ ਛੱਡਦੇ ਨਹੀਂ ਫਿਰ ਸੋਚੀਦਾ ਵੀ ਇਹਦਾ ਕੀ ਕਰੀਏ ਓਕੇ ਤੇ ਪੂਰਾ ਉਹਨੂੰ ਆਪਣੇ ਘਰ ਦੇ ਵਿੱਚ ਸਜਾ ਕੇ ਰੱਖ ਦਿਓ ਹੋਰ ਇਹ ਇਹ ਚੀਜ਼ਾਂ ਵੀ ਸਜਾਈਆਂ ਪਈਆਂ ਨੇ ਜਿਵੇਂ ਉਹ ਵੀ ਤੁਸੀਂ ਆਪਣਾ ਯਕੀਨ ਹਾਂ ਉਹ ਵੀ ਆਪਣਾ ਹੈ ਜੀ ਉਹ ਦੋ ਕੁ ਦਿਨਾਂ 'ਚ ਬਣ ਗਿਆ ਸੀਗਾ ਮੰਨ ਲਓ ਕਿਤੇ ਲਾ ਕੇ 10 ਮਿੰਟ ਕਿਤੇ ਨਾ ਸੋਹਣਾ ਬਣਾਇਆ ਤਾਂ ਤੁਸੀਂ ਮੈਂ ਕਹਿੰਦਾ ਐਗਜੀਬਿਸ਼ਨ ਤੇ ਲੈ ਕੇ ਜਾਓ ਇਹ ਚੀਜ਼ਾਂ ਤੇ ਰੱਖੋ ਡਿਮਾਂਡ ਹੀ ਬੜੀ ਆ ਉਹਦੀ ਤਾਂ ਲੈ ਕੇ ਜਾਵਾਂਗੇ ਅੱਛਾ ਹੁਣ ਤਿਆਰੀ ਕਰ ਲਿਓ ਪੂਰੀ ਹਾਂ ਇਹ ਤਾਂ ਜਮੀ ਖੁੰਡ ਹੁੰਦਾ ਜਿਹੜਾ ਹੈਗਾ ਜੜ ਹੁੰਦੀ ਇੱਕ ਖੁੰਡ ਵੱਢ ਕੇ ਬਣਾਇਆ ਹਾਂ ਇਹ ਖੁੰਡ ਵੱਢ ਕੇ ਫਿਰ ਮੈਂ ਆਪੀ ਇਹਦੇ ਉੱਤੇ ਜਿਹੜੀ ਗੱਦੀ ਫਿੱਟ ਕਰੀ ਆਪੀ ਕਰੀ ਐਵੇਂ ਆਪੀ ਕਰਦੇ ਹਾਂ ਆਪੀ ਕਰਦੇ ਕਰਦੇ ਵੀ ਸਾਥ ਦਿੰਦੇ ਨਾਲ ਮੇਰੇ ਕਹਿੰਦੇ ਕੰਮ ਦੇ ਵਿੱਚ ਬੱਚੇ ਬਸ ਬੱਚੇ ਦੇਖੀ ਜਾਂਦੇ ਆ ਜਦੋਂ ਕਈ ਵਾਰੀ ਕੁਛ ਕਰੀਦਾ ਕੀ ਹੋਣਾ ਲੱਗੇ ਕੀ ਚੀਜ਼ ਹੋਇਆ ਇੱਧਰ ਇਹ ਤੋਤਾ ਜੀ ਅਤੇ ਆਹ ਜਿਹੜਾ ਜਾਨਵਰ ਆ ਲੱਕੜਾਂ ਦੇ ਵਿੱਚ ਮੰਨ ਲਓ ਦਰਖਤਾਂ ਦੇ ਵਿੱਚ ਗਲੀਆਂ ਕੱਢ ਕੇ ਰਹਿੰਦਾ ਇਹਦਾ ਰਿਜ ਨਾਲ ਇੱਥੇ ਆਲਣਾ ਸੀਗਾ ਫਿਰ ਮੈਂ ਉਹ ਜਾਨਵਰ ਦੇਖ ਕੇ ਅਤੇ ਉਹਦੇ ਨਾਲ ਦਾ ਵਿੱਚ ਦਰਖਤ ਸੀ ਉੱਥੇ ਸੀ ਹਾਂ ਇਹ ਘਰ ਦੇ ਵਿੱਚ ਨਿੰਮ ਸੀਗੀ ਉਹ ਸੁੱਕ ਗਈ ਉਹਦੇ ਵਿੱਚ ਇਹਦਾ ਆਲਣਾ ਬਣਾਇਆ ਵਾ ਸੀ ਇਹ ਫਿਰ ਟੁੱਟ ਗਈ ਨੇਰੀ ਨਾਲ ਮੁੜ ਕੇ ਮੈਂ ਇਹਦਾ ਜੜ ਕੇ ਇਹਦੇ ਉੱਤੇ ਅਤੇ ਮੈਂ ਇਹਦਾ ਉਹ ਜਾਨਵਰ ਬਣਾ ਕੇ ਇਹਦੇ 'ਤੇ ਲਾ ਤਾ ਮੈਂ ਉਹਦੀ ਯਾਦਾਸ਼ਤ ਰਹਿ ਜੂਗੀ ਉਹਨੂੰ ਵੀ ਤੁਸੀਂ ਯਾਦ ਰੱਖਿਆ ਜਾਣੀ ਉਹਨੂੰ ਪ੍ਰੋਤਾ ਆਪਣੀ ਕਲਾ ਦੇ ਵਿੱਚ ਹਾਂ ਉਹਦੇ ਵਿੱਚ ਲਾ ਤਾ ਹੋਰ ਕਿਹੜੀਆਂ ਸਾਹਮਣੇ ਮੋਰ ਇਹਨਾਂ ਨੂੰ ਕਿਹੜੀਆਂ ਚੀਜ਼ਾਂ ਖਵਾਉਣੇ ਮੋਰ ਇਹਨਾਂ ਨੂੰ ਇਹ ਰੋਟੀ ਪਾ ਦੇਈਦੀ ਆ ਮੂੰਗਫਲੀ ਅਤੇ ਅੰਗੂਰ ਕਣਕ ਮੱਕੀ ਬਾਕੀ ਪਾਲਕ ਵਗੈਰਾ ਜਿਵੇਂ ਉਹ ਪਾਲਕ ਚੀਰੀ ਜਾਂਦਾ ਮੁੰਡਾ ਉਹ ਹੁਣ ਇਹਨਾਂ ਨੂੰ ਹੀ ਪਾਵਾਂਗੇ ਤੇ ਉਹ ਖਾ ਲੈਂਦੇ ਆ ਬਸ ਰੱਜ ਲੈਂਦੇ ਆ ਬਾਕੀ ਆਪਦੀ ਮਰਜ਼ੀ ਨਾਲ ਖਾਂਦੇ ਆ ਇਸ ਤੋਂ ਇਲਾਵਾ ਮੈਂ ਦੇਖ ਰਿਹਾ ਸੀ ਜਿਹੜੀਆਂ ਚਿੜੀਆਂ ਨੇ ਇਹ ਅਲੋਪ ਹੋ ਚੁੱਕੀਆਂ ਨੇ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਇਹਨਾਂ ਨੂੰ ਫਿਰ ਕਿਸ ਤਰੀਕੇ ਦੇ ਨਾਲ ਇੱਥੇ ਰੱਖਿਆ ਇਹ ਅਲੋਪ ਤਾਂ ਹੋਈਆਂ ਇਹਨਾਂ ਨੂੰ ਰਹਿਣ ਦੀ ਜਿਹੜੀ ਜਗ੍ਹਾ ਉਹ ਖਤਮ ਹੋ ਗਈ ਮੈਂ ਹੁਣ ਇਹਨਾਂ ਨੂੰ ਹਾਂ ਪਹਿਲਾਂ ਕਾਨਿਆਂ ਦੇ ਘਰ ਹੁੰਦੇ ਸੀ ਉਹਦੇ ਵਿੱਚ ਰਹਿ ਪੈਂਦੀਆਂ ਸੀ ਹੁਣ ਇਹਨਾਂ ਨੂੰ ਰਹਿਣ ਨੂੰ ਜਗ੍ਹਾ ਹੈ ਨਹੀਂ ਕਿਤੇ ਬਾਕੀ ਜੇ ਕਿਤੇ ਜਾਂਦੇ ਆ ਤਾਂ ਲੋਕ ਡੱਕਰ ਦਿੰਦੇ ਆ ਇਹਨਾਂ ਦੇ ਆਲਣੇ ਢਾਹ ਦਿੰਦੇ ਆ ਮੈਂ ਇੱਥੇ ਆਲਣੇ ਬਣਾ ਕੇ ਲਾਤੇ ਇਹ ਹੁਣ ਇਹਦੇ ਵਿੱਚ ਰਹਿਣ ਲੱਗ ਗਈਆਂ ਇਹਨਾਂ ਨੂੰ ਦਾਣੇ ਪਾ ਦੇਈਦੇ ਆ ਇੱਥੇ ਇਹਨਾਂ ਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਪੈਂਦੀ ਪਾਣੀ ਪਿਆ ਦਾਣੇ ਪਿਆ ਇੱਥੇ ਖਾ ਲੈਂਦੀਆਂ ਇੱਥੇ ਇਹ ਆਲਣੇ 'ਚ ਬਹਿ ਜਾਂਦੀਆਂ ਆਲਣੇ ਆਪੇ ਬਣਾ ਕੇ ਲਾਏ ਜੀ ਕੱਦੂਆਂ ਦੇ ਅਤੇ ਟਾਇਰਾਂ ਦੇ ਮੰਨ ਲਓ ਵੀ ਇਹ ਬਣਾ ਕੇ ਲਾਤੇ ਵਿੱਚ ਉੱਤੇ ਪੇਂਟ ਕਰਤੀ ਨਾਲੇ ਤਾਂ ਸੋਹਣੇ ਲੱਗਦੇ ਆ ਪਿੰਡ ਦੇ ਵਿੱਚ ਵੀ ਆਲਣੇ ਲਾਏ ਨੇ ਫਿਰ ਹਾਂ ਪਿੰਡ ਦੇ ਵਿੱਚ ਲੱਕੜ ਦੇ ਆਲਣੇ ਬਣਾ ਕੇ ਲਾਏ ਸੀ ਅਸੀਂ 275 ਆਲਣੇ ਪਹਿਲਾਂ ਲਾਏ ਸੀ ਘਰੇ ਨਿੰਮ ਚੀਰ ਕੇ ਅਤੇ ਹੁਣ ਇੱਕ ਮੁੰਡਾ ਇੱਥੇ ਸਾਡੇ ਪਿੰਡ ਬਾਹਰੋਂ ਆਇਆ ਸੀ ਉਹ ਕਹਿੰਦਾ ਵੀ ਆਪਾਂ ਆਲਣੇ ਹੋਰ ਲਾਉਣੇ ਆ ਫਿਰ 70 ਆਲਣੇ ਹੁਣ ਅਸੀਂ ਹੋਰ ਲਾਤੇ ਇਹ ਸਾਥੀ ਨੂੰ ਕਹੂੰਗਾ ਇਹ ਕਿਹੜੇ ਕਿਹੜੇ ਬੱਚੇ ਕਿਹੜੇ ਨੇ ਇਹਨਾਂ ਦੇ ਵਿੱਚੋਂ ਮੋਰਾਂ ਦੇ ਵਿੱਚੋਂ ਇਹ ਦੋਨੇ ਬੱਚੇ ਆ ਜੀ ਇੱਕ ਤਾਂ ਇਹ ਜਿਹੜਾ ਬੈਠਾ ਇੱਕ ਜਿਹੜਾ ਉਹ ਫਿਰਦਾ ਇੱਧਰਲੀ ਸਾਈਡ ਖੜਾ ਇਹ ਦੋਨੇ ਬੱਚੇ ਆ ਉਹ ਮੋਰ ਨਹੀਂ ਆ ਵੱਡੀ ਇਹ ਉਹਦੇ ਬੱਚੇ ਆ ਦੋਨੇ ਆਹ ਮੰਨ ਲਓ ਵੀ ਮੋਰ ਆ ਮੋਰ ਬਣੂਗਾ ਅਤੇ ਉਹ ਜਿਹੜਾ ਪਹਿਲਾਂ ਉਹ ਮੋਰ ਨਹੀਂ ਆ ਉੱਡ ਵੀ ਜਾਂਦੇ ਨੇ ਕਈ ਵਾਰ ਹੋਰ ਹਾਂ ਉੱਡਦੇ ਆ ਉੱਡਦੇ ਆ ਆਸੇ ਪਾਸੇ ਘਰਾਂ 'ਚ ਜਾ ਵੜਦੇ ਆ ਕੋਠਿਆਂ ਕੋਠਿਆਂ 'ਤੇ ਆਪੇ ਹੀ ਮੁੜਿਆ ਜਾਂਦੇ ਆ ਆਪੇ ਮੁੜਿਆ
ਆਪੇ ਮੁੜ ਜਾਈਦਾ, ਆਵਾਜ਼ ਮਾਰ ਦੇਈਦਾ, ਉਹ ਕਰ ਦੇਈਦਾ ਜਾਂ ਨਾਂ ਲੈ ਦੇਈਦਾ। ਇਹਦਾ ਨਾਂ ਚੀਕੂ ਰੱਖਿਆ ਵਾ। ਅੱਛਾ, ਨਾਮ ਵੀ ਰੱਖ ਦੇਣਾ। ਹਾਂ, ਉਹ ਵੱਡੇ ਮੋਰ ਦਾ ਨਾਂ ਬਾਜ਼ ਆ, ਤੇ ਇੱਕ ਜਿਹੜਾ ਪਿੰਡ 'ਚ ਗਿਆ ਉਹਦਾ ਨਾਂ ਮੋਨੂ ਆ। ਅੱਛਾ, ਸਾਰਿਆਂ ਦੇ ਨਾਮ ਰੱਖ ਨਾਂ ਰੱਖੇ ਵਿਆ। ਆਹ ਮੋਰਨੀ ਦਾ ਨਾਂ ਹਨੀ ਆ। ਤੇ ਜੇ ਇਹਨਾਂ ਨੂੰ ਹੋਰ ਵੀ ਚੀਜ਼ਾਂ ਦਾ ਫਿਰ ਧਿਆਨ ਰੱਖਣਾ ਪੈਂਦਾ ਕਿ ਚੀਜ਼ਾਂ ਦੀ ਕੋਈ ਬਿਮਾਰੀ ਹੋਣ? ਬਿਮਾਰੀ ਦਾ ਵੀ ਧਿਆਨ ਰੱਖਣਾ ਪੈਂਦਾ, ਦਵਾਈ ਦਵੂਈ ਦੇ ਦੇਈਦੀ ਆ, ਪਾਣੀ ਦੇ ਵਿੱਚ ਪਾ ਦੇਈਦੀ ਆ। ਹਾਂ, ਅਤੇ ਬਾਕੀ ਧਿਆਨ ਰੱਖਣਾ ਪੈਂਦਾ ਵੀ ਬਾਹਰ ਕੁੱਤੇ ਕਾਤੇ ਮਗਰ ਪੈ ਜਾਂਦੇ ਇਹਨਾਂ ਦੇ, ਹੋਰ ਤਾਂ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਉਸ ਤੋਂ ਇਲਾਵਾ ਰੱਖੇ ਹੋਏ ਨੇ ਹੋਰ ਕਬੂਤਰ ਰੱਖੇ ਹੋਏ ਜੀ ਲਾਗੇ। ਬਾਕੀ ਕੁਦਰਤੀ ਤੌਰ ਤੇ ਜਿਹੜੇ ਜਾਨਵਰ ਆ, ਇੱਥੇ ਕੋਠੇ ਦੇ ਉੱਤੇ ਦਾਣੇ ਪਾਇਆ, ਛੱਤ ਤੇ ਚੌਲ ਪਾਏ ਹੋਏ, ਇੱਥੇ ਤੋਤੇ ਬਹੁਤ ਆਉਂਦੇ ਆ, ਜਿਵੇਂ ਉਹ ਦਰਖਤ ਦੇ ਉੱਤੇ ਬੈਠੇ ਆ ਤੋਤੇ, ਗੋਲੇ ਬੈਠੇ ਆ, ਤੇ ਉਹ ਜਾਨਵਰ ਆਪ ਦੇ ਆਪ ਆਉਂਦੇ ਆ ਜਦੋਂ ਇੱਥੇ ਪਾ ਦੇਈਦੇ ਆ। ਹਾਂ, ਉਹ ਵੱਡਾ ਮੋਰ ਆ ਜੀ, ਨੌ ਸਾਲਾਂ ਤੋਂ ਉੱਤੇ ਹੋ ਗਿਆ। ਹਾਂ, ਇੱਥੇ ਬੱਚਾ ਕੱਢਿਆ ਸੀ, ਇਹ ਮੁਰਗੀ ਤੋਂ ਕਢਾਇਆ ਸੀ ਛੋਟਾ ਜਿਹਾ। ਕਲਗੀ ਵੀ ਨਵੀਂ ਆ ਜਾਣੀ ਆ, ਸਾਲ ਦੇ ਵਿੱਚ ਇੱਕ ਵਾਰੀ ਸਾਰੇ ਇਹਨਾਂ ਦੇ ਫੰਗ ਝੜ ਜਾਂਦੇ ਆ। ਇਹ ਚਿੜੀਆਂ ਜਾਣੀ ਕਿ ਇਸੇ ਤਰ੍ਹਾਂ ਇੱਥੋਂ ਚੋਗਾ ਲੈਂਦੇ, ਜਿਵੇਂ ਤੁਸੀਂ ਰੱਖਿਆ ਹੋਇਆ ਇਹ ਇੱਥੇ ਰਹਿੰਦੀਆਂ। ਹਾਂ, ਇੱਥੇ ਰਹਿੰਦੀਆਂ। ਇਹ ਬੋਤਲ ਦੇ ਵਿੱਚ ਥੱਲੇ ਟਰੇ ਲਾਈ ਵੀ ਆ, ਉਹਦੇ ਵਿੱਚ ਦਾਣੇ ਤਾਹਾਂ ਤੋਂ ਨਿਕਲੀ ਜਾਂਦੇ ਆ, ਇਹ ਖਾਈ ਜਾਂਦੀਆਂ, ਖਾ ਕੇ ਇੱਥੇ ਬੈਠੀਆਂ ਰਹਿੰਦੀਆਂ, ਬਸ ਇੱਥੇ ਫਿਰਦੀਆਂ ਰਹਿੰਦੀਆਂ, ਰਾਤ ਨੂੰ ਇੱਥੇ ਬੈਠ ਜਾਂਦੀਆਂ, ਇੱਥੇ ਪਾਣੀ ਪੂਣੀ ਪੀ ਲੈਂਦੀਆਂ, ਉਹ ਫਿਰਦੀਆਂ ਜਿਵੇਂ ਇੱਧਰ। ਹਾਂਜੀ, ਖਾਣ ਪੀਣ ਨੂੰ ਜਾਣੀ ਮਿਲਦਾ ਤਾਂ ਇੱਥੇ ਰਹਿੰਦੀਆਂ, ਜਿਸ ਤਰ੍ਹਾਂ ਤੁਸੀਂ ਰਹਿਣ ਲਈ ਬਣਾਈ ਸਾਰੀ ਜਗ੍ਹਾ। ਹਾਂ, ਰਹਿਣ ਨੂੰ ਜਗ੍ਹਾ ਗਈ, ਖਾਣ ਪੀਣ ਨੂੰ ਮਿਲਦਾ ਤਾਂ ਹੀ ਰਹਿੰਦੀਆਂ ਜੀ। ਜੇ ਹੁਣ ਇੱਥੇ ਜਗ੍ਹਾ ਹੀ ਨਾ ਹੋਵੇ ਜਾਂ ਅਸੀਂ ਡੱਕਰ ਦਈਏ ਵੀ ਇੱਥੇ ਫਿਰਦੀਆਂ, ਇਹ ਹੁਣ ਮੰਨ ਲਓ ਵੀ ਜੇ ਤਾਂ ਜਿਹੜਾ ਬੰਦਾ ਤਾਂ ਐਂ ਹੁੰਦਾ ਵੀ ਯਾਰ ਇਹ ਖਰਾਬ ਕਰਦੀਆਂ, ਬਿੱਠਾਂ ਵੀ ਕਰਦੀਆਂ, ਦੇਖਣ ਵਾਲੇ ਨੂੰ ਬਾਹਰੋਂ ਜਿਹੜਾ ਬੰਦਾ ਆਉਂਦਾ ਉਹਨੂੰ ਹੋ ਸਕਦਾ ਬੁਰਾ ਲੱਗਦਾ ਹੋਵੇ ਯਾਰ ਬਿੱਠਾਂ ਕਰੀਆਂ ਪਈਆਂ, ਪਰ ਸਾਨੂੰ ਆਇਆ ਵੀ ਚੱਲ ਫਿਰਦੀਆਂ ਯਾਰ, ਆਪਾਂ ਨੂੰ ਕੀ ਕਹਿੰਦੇ ਆ, ਅਸੀਂ ਇੰਨਾ ਕੋਈ ਜ਼ਿਆਦਾ ਉਹ ਨਹੀਂ ਕਰਦੇ ਵੀ ਇਹ ਖਰਾਬ ਕਰਦੀਆਂ, ਫਿਰਦੀਆਂ ਵਿਚਾਰੀਆਂ ਆਪਦਾ ਟਾਈਮ ਲੰਘਾਉਂਦੀਆਂ, ਇਹਨਾਂ ਦਾ ਵੀ ਹੱਕ ਬਣਦਾ ਦੁਨੀਆ 'ਤੇ ਆਈਆਂ, ਇਹਨਾਂ ਦਾ ਵੀ ਸਾਰੇ ਕਾਸੇ ਝੇਸਾ ਗਾ, ਜਿਵੇਂ ਆਪਾਂ ਰਹਿੰਦੇ, ਆਪਾਂ ਕਹਿੰਦੇ ਆਪਣੀ ਚੀਜ਼ ਆ, ਇਹਨਾਂ ਨੂੰ ਆਇਆ ਵੀ ਇਹ ਆਪਣੇ ਘਰ ਆ, ਇੱਥੇ ਲੋਕ ਦੇਖਣ ਆਉਂਦੇ ਨੇ ਦੂਰੋਂ ਦੂਰੋਂ ਜਿਹੜੇ ਰਿਸ਼ਤੇ, ਹੋਰ ਬਹੁਤ ਦੇਖਣ ਆਉਂਦੇ ਆ, ਮੰਗਦੇ ਵੀ ਬਥੇਰੇ ਆ ਸਾਨੂੰ ਦੇ ਦਿਓ। ਹਾਂ, ਦੇ ਕਿ ਨਹੀਂ, ਪਰ ਉਹ ਹੈ ਨਹੀਂ, ਹੁਣ ਦੇਵਾਂਗੇ ਕਿੱਥੋਂ, ਉਹ ਬੱਚੇ ਇਹ ਐਤਕੀ ਬੱਚੇ ਕੱਢਿਆ ਇਹਨਾਂ ਨੇ। ਹਾਂ, ਜਿਹੜੇ ਤੁਸੀਂ ਰਿਸ਼ਤੇਦਾਰ ਲੈ ਗਏ ਸੀ, ਉਹ ਦੋ ਰਿਸ਼ਤੇਦਾਰ ਲੈ ਗਏ ਸੀਗੇ, ਉਹ ਕਹਿੰਦੇ ਵੀ ਅਸੀਂ ਤਾਂ ਲੈ ਕੇ ਹੀ ਜਾਣੇ ਆ, ਫਿਰ ਉਹਨਾਂ ਨੂੰ ਦੋ ਦੇਤੇ ਸੀਗੇ। ਹਾਂ, ਅਤੇ ਹੁਣ ਹੋਰ ਫਿਰ ਕਿਹੜੀਆਂ ਕਿਹੜੀਆਂ ਚੀਜ਼ਾਂ ਰੱਖਣ ਦਾ ਆਉਣ ਵਾਲੇ ਸਮੇਂ ਦੇ ਵਿੱਚ ਬਣਾ ਰਹੇ ਹੋ ਮਨ ਵੀ ਇਹ ਵੀ ਚੀਜ਼ਾਂ ਰੱਖ ਕੇ ਦੇਖਣੀਆਂ? ਬਸ ਕੁਦਰਤੀ ਤੌਰ 'ਤੇ ਆਪ ਹੀ ਆ ਜਾਂਦੀਆਂ ਜਿਹੜੀਆਂ ਚੀਜ਼ਾਂ ਨੇ ਆਉਣਾ। ਹੋਰ ਤਾਂ ਪਹਿਲਾਂ ਮੇਰੇ ਕੋਲ ਟਰਕੀ ਮੁਰਗੇ ਵੀ ਰੱਖੇ ਸੀ, ਉਹ ਫਿਰ ਮੋਰਾਂ ਦੇ ਨਾਲ ਲੜਦੇ ਸੀਗੇ, ਫਿਰ ਮੈਂ ਉਹ ਦੇਤੇ ਕਿਸੇ ਨੂੰ, ਉਹ ਫਿਰ ਸਾਰਿਆਂ ਦੇ। ਕਿਹੜਾ ਤਰੀਕਾ ਹੁੰਦਾ, ਕਿੱਥੇ ਰੱਖਦੇ? ਮੋਰ ਤਾਂ ਇੱਥੇ ਆਪ ਹੀ ਰਹਿ ਪੈਂਦੇ ਆ, ਜਿਵੇਂ ਉਹ ਚਾਲੀ ਬੰਨੀ ਵੀ ਆ, ਉਹ ਟਰਾਲੀ ਖੜੀ ਆ, ਉਹਦੇ ਉੱਤੇ ਚੜ ਜਾਂਦੇ ਆ। ਜਿਹੜੀ ਬੱਚਿਆਂ ਵਾਲੀ ਮੋਰਨੀ ਆ ਉਹ ਇੱਥੇ ਅੰਦਰ ਵੜ ਜਾਂਦੀ ਆ, ਉਹ ਫਿਰ ਬੱਚੇ ਛੋਟੇ ਆ, ਕਈ ਵਾਰੀ ਰਾਤ ਨੂੰ ਬਿੱਲੀ ਬੁੱਲੀ ਜਾਂ ਕੋਈ ਅਵਾਰਾ ਕੁੱਤਾ ਕੰਧ ਕੁੰਧ ਟੱਪ ਕੇ ਆ ਜਾਂਦਾ, ਉਹ ਉਹਨਾਂ ਨੂੰ ਮਾਰਦਾ। ਜਿਹੜੇ ਵੱਡੇ ਆ ਉਹਨਾਂ ਦੇ ਨੇੜੇ ਤਾਂ ਬਿੱਲੀ ਵੀ ਨਹੀਂ ਜਾਂਦੀ, ਬੱਚਿਆਂ ਨੂੰ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਵੀ ਬਿੱਲੀ ਬੁੱਲੀ ਰਾਤ ਨੂੰ ਆ ਜਾਏ, ਬਿੱਲੀਆਂ ਬਹੁਤ ਆਉਂਦੀਆਂ ਇੱਥੇ। ਅੱਛਾ, ਬਿੱਲੀਆਂ। ਜਿਹੜੇ ਟਾਇਰ ਵਾਲੀ ਕਲਾ, ਜੇਕਰ ਇਹ ਕਲਾ ਨੂੰ ਵੱਡੇ ਪੱਧਰ ਲਿਜਾਇਆ ਵੀ ਜਾ ਸਕਦਾ, ਮੁਨਾਫਾ ਵੀ ਇਹਦੇ ਨਾਲ ਵੀ ਹੋ ਸਕਦਾ, ਇਹਦੇ ਬਾਰੇ ਸੋਚਿਆ ਫਿਰ ਕੁਛ ਵੀ ਇਹਦੇ ਪਾਸੇ? ਨਹੀਂ, ਹੋ ਸਕਦਾ ਜੀ, ਮੁਨਾਫਾ ਤਾਂ ਬਹੁਤ ਹੋ ਸਕਦਾ, ਲੋਕ ਕਹਿੰਦੇ ਆ ਯਾਰ ਬਣਾ ਕੇ ਦੇ ਦੇ ਸਾਨੂੰ, ਜਾਂ ਵੀ ਆਉਂਦੇ ਆ ਬਹੁਤ,
ਪਰ ਮੈਨੂੰ ਐਂ ਹੁੰਦਾ ਵੀ ਯਾਰ ਕਿਹੜਾ ਮੱਥਾ ਇੰਨਾ ਮਾਰੂਗਾ, ਮੈਂ ਸ਼ੌਂਕ ਵਜੇ ਹੀ ਬਣਾਉਣਾ, ਐਡਾ ਮੈਂ ਸੋਚਿਆ ਨਹੀਂ ਬਾਹਲੇ ਪੈਸੇ ਬਣਾਉਣ ਬਾਰੇ, ਕਦੇ ਸੋਚਿਆ ਨਹੀਂ, ਮੂਡ ਜਿਹਾ ਬਣ ਜਾਵੇ ਅੱਜ ਬਣਾਉਣੀ ਚੀਜ਼, ਹਾਂ ਉਦੋਂ ਬਣਾ ਲਈਦਾ, ਨਹੀਂ ਤਾਂ ਫਿਰ ਨਹੀਂ ਬੱਚੇ ਆ, ਮੇਰਾ ਮੁੰਡਾ ਉਹ ਕਰ ਲੈਂਦਾ ਕੁਛ ਨਾ ਕੁਛ ਬਣਾ ਲੈਂਦਾ, ਉਹ ਪੇਂਟ ਪੂੰਟ ਵੀ ਕਰ ਲੈਂਦਾ, ਹਾਂ ਤੇ ਉਹਨੇ ਇੱਕ ਲੱਕੜ ਦਾ ਟਰੈਕਟਰ ਬਣਾਇਆ ਸੀ, ਹੁਣ ਤਾਂ ਬੱਚਿਆਂ ਨੇ ਛੋਟਿਆਂ ਨੇ ਤੋੜਤਾ, ਉਹਨੇ ਉਵੇਂ ਬਣਾਤਾ ਸੀ ਜਿਵੇਂ ਰਾਠੀ ਨਹੀਂ ਬਣਾਉਂਦਾ, ਇਹਨੇ ਲੱਕੜ ਦਾ ਬਣਾਇਆ ਸੀ ਉਵੇਂ ਇੰਜਣ ਉਂਜਣ ਲਾ ਕੇ, ਬਹੁਤ ਵਧੀਆ ਬਣਾਇਆ, ਧੰਨਵਾਦ ਬਹੁਤ ਧੰਨਵਾਦ ਜੀ। ਜਗਸੀਰ ਸਿੰਘ ਸੀ ਇਹਨਾਂ ਦੇ, ਅਸੀਂ ਘਰ ਪਹੁੰਚੇ ਸੀ, ਪੂਰਾ ਘਰ ਇਹਨਾਂ ਨੇ ਵਾਤਾਵਰਨ ਦੇ ਹਿਸਾਬ ਦੇ ਨਾਲ ਸਜਾਇਆ ਹੋਇਆ, ਇੱਧਰਲੇ ਪਾਸੇ ਚਿੜੀਆਂ ਰਹਿੰਦੀਆਂ ਨੇ, ਜਿਹੜੇ ਆਲ੍ਹਣੇ ਲਗਾਏ ਹੋਏ ਨੇ ਇਹਨਾਂ ਨੇ, ਕੱਦੂ ਨੇ ਥੋੜ੍ਹੇ ਜਿਹੇ ਜਿਵੇਂ ਉਹ ਆਲ੍ਹਾ ਉਸਦੇ ਵਿੱਚ ਥੋੜ੍ਹੇ ਜਿਹੇ ਜਾਲੀ ਵਾਲਾ ਆਲ੍ਹਣਾ ਲਾ ਹੋਇਆ, ਪਿੰਡ ਦੇ ਵਿੱਚ ਹੀ ਕਾਫੀ ਆਲ੍ਹਣੇ ਲਗਾ ਚੁੱਕੇ ਨੇ, 6 ਦੇ ਕਰੀਬ ਇਹਨਾਂ ਨੇ ਮੋਰ ਰੱਖੇ ਹੋਏ ਨੇ, ਅਤੇ ਸੌਂਕ ਦੇ ਨਾਲ ਉਹਨਾਂ ਨੂੰ ਪਾਲਦੇ ਨੇ, ਜਦੋਂ ਇਹਨਾਂ ਦਾ ਦਿਲ ਕਰਦਾ ਟਾਇਰ ਦੇ ਨਾਲ ਕਈ ਚੀਜ਼ਾਂ ਬਣਾਉਂਦੇ ਨੇ, ਪੈਰਟ ਬਣਾਏ ਹੋਏ ਨੇ, ਹੋਰ ਕਈ ਜਾਨਵਰ ਨੇ ਜਿਹੜੇ ਉਹ ਬਣਾਏ ਨੇ, ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਐਗਜੀਬਿਸ਼ਨ 'ਤੇ ਵੀ ਲੈ ਕੇ ਜਾਵਾਂਗੇ, ਜਾਂ ਉੱਥੇ ਜਾ ਕੇ ਦੇਖਾਂਗੇ, ਉਹ ਚੀਜ਼ਾਂ ਵੀ ਬਣਾਵਾਂਗੇ। ਜਿਹੜੇ ਲੋਕ ਸੋਚਦੇ ਨੇ ਕਿ ਵਹੀਕਲਾਂ ਦੇ ਟਾਇਰ ਨੇ ਇਹ ਹੁਣ ਕੂੜਾ ਹੋ ਚੁੱਕੇ ਨੇ, ਉਸ ਕੂੜੇ ਤੋਂ ਵੀ ਇਹਨਾਂ ਨੇ ਕਈ ਸਜਾਵਟੀ ਚੀਜ਼ਾਂ ਨੇ ਜਿਹੜੀਆਂ ਬਣਾ ਕੇ ਰੱਖੀਆਂ ਨੇ। ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੇ, ਰੋਜ਼ਾਨਾ ਸਪੋਕਸਮੈਨ, TV ਬਠਿੰਡਾ।